ਕਰ ਰਿਹਾ ਇਸ ਵੇਲੇ ਤੁਹਾਡੇ ਸਾਹਮਣੇ, ਕਟਾਈ ਵਾਲੇ ਖੇਤ 'ਚ ਮੈਂ ਖੜ੍ਹਾ ਹਾਂ। ਇਹ ਕਰੀਬ ਕਰੀਬ ਸਾਨੂੰ 15 ਕੁਇੰਟਲ ਤੋਂ ਲੈ ਕੇ 20 ਕੁਇੰਟਲ ਤੱਕ ਖੇਤ ਦੀ ਔਸਤ ਆਉਂਦੀ ਆ। ਅਸੀਂ ਜੇ ਰੀਪਰ ਦੇ ਨਾਲ ਤੂੜੀ ਬਣਾਉਂਦੇ ਹਾਂ, ਤੂੜੀ ਬਣਾਉਣ ਤੋਂ ਬਾਅਦ ਜਿੱਦਾਂ ਸਾਡੇ ਖੇਤ ਵੱਡੇ ਔਰ ਖੁੱਲ੍ਹੇ ਆ, ਸਾਨੂੰ ਕੋਈ ਨਾੜ ਬਹੁਤਾ ਸਾਡਾ ਬਕਾਇਆ ਨਹੀਂ ਹੁੰਦਾ। ਇਸ ਤੋਂ ਬਾਅਦ ਜਦੋਂ ਅਸੀਂ ਝੋਨਾ ਲਾਉਣਾ, ਜਾਂ ਤਾਂ ਅਸੀਂ ਪਹਿਲਾਂ ਇੱਦਾਂ ਹੀ ਸੁੱਕੇ ਨੂੰ ਵਾਹ ਦੇਣਾ ਆ ਹੈਰੋ ਨਾਲ, ਉਹਦੇ ਟੁਕੜੇ ਹੋ ਜਾਣੇ ਆ, ਜਾਂ ਫਿਰ ਅਸੀਂ ਗਿੱਲਾ ਕਰਕੇ ਉਹਨੂੰ ਰੌਣੀ ਕਰਕੇ ਫਿਰ ਅਸੀਂ ਹੈਰੋ ਨਾਲ ਵਾਹੁਣਾ ਆ, ਫਿਰ ਉਹਨੂੰ ਤਿਆਰ ਕਰਨਾ। ਲੇਕਿਨ ਇਹ ਜਿਹੜਾ ਕੱਖ ਆ, ਜਦ ਤੋਂ ਮੈਂ ਮਸ਼ੀਨ ਹੈਪੀ ਸੀਡਰ ਖਰੀਦਿਆ, ਮੈਂ ਨਾ ਕਣਕ ਦਾ ਨਾੜ ਜਾਲਦਾ ਅਤੇ ਨਾ ਮੈਂ ਝੋਨੇ ਦਾ ਨਾੜ ਜਾਲਦਾ। ਕਰੀਬ ਕਰੀਬ ਇਹਦੇ ਨਾਲ ਸਾਨੂੰ ਕਈ ਫਾਇਦੇ ਆ ਰੀਪਰ ਨਾ ਕਟਾਉਣ ਨਾਲ। ਇੱਕ ਸਾਡੀ ਲੇਬਰ ਘੱਟਦੀ ਆ, ਮੈਂ ਆਪਣਾ ਰੀਪਰ ਵੀ ਪਹਿਲਾਂ ਚਲਾ ਚੁੱਕਾ, ਦੂਜਾ ਸਾਡੇ ਜਿਹੜੇ ਡੰਗਰਾਂ ਦਾ, ਸਾਡੇ ਕੋਲ ਜਿੱਦਾਂ ਡੰਗਰਾਂ ਦੀ ਤਾਦਾਦ ਕਾਫੀ ਆ, ਸਾਡੇ ਘਰ ਦਾ ਬਹੁਤ ਵਧੀਆ ਚਾਰਾ ਬਣ ਜਾਂਦਾ। ਮੈਂ ਮੁੜ ਕੇ ਤੁਹਾਨੂੰ ਸਾਰਿਆਂ ਨੂੰ ਫਿਰ ਇਹੀ ਅਪੀਲ ਕਰਦਾ, ਜਿਹੜਾ ਵੀ ਕੋਈ ਮੇਰੇ ਇਹਨਾਂ ਸ਼ਬਦਾਂ ਨੂੰ ਸੁਣੂਗਾ, ਉਹ ਇਹ ਅਮਲ ਜ਼ਰੂਰ ਕਰੇ। ਜੇ ਉਹਨੂੰ ਕਿਸੇ ਗੱਲ ਦੀ ਕੋਈ ਸ਼ੱਕ ਆ ਕਿ ਇਹ ਮਤਲਬ ਸਰਕਾਰ ਜਾਣ ਕੇ ਜਾਂ ਖੇਤੀਬਾੜੀ ਵਾਲੇ ਜਾਣ ਕੇ ਕਰਾਉਂਦੇ ਆ, ਤਾਂ ਮੇਰੀ ਹਾਲ ਜਦੋਂ ਮਰਜ਼ੀ ਆ ਕੇ, ਜਦੋਂ ਮੈਂ ਬਿਜਾਈ ਕਰੂੰਗਾ, ਨਵੰਬਰ ਮਹੀਨੇ ਵਿੱਚ ਆ ਕੇ ਮੇਰੇ ਨਾਲ ਸੰਪਰਕ ਕਰੇ ਅਤੇ ਮੈਂ ਉਹਦੀ ਤਸੱਲੀ ਕਰਾਊਂਗਾ। ਇਹ ਜਿੱਦਾਂ ਅੱਜ ਕਣਕ ਮੇਰੇ ਵੱਢ ਹੋ ਰਹੀ ਆ, ਕੰਬਾਈਨ ਚੱਲ ਰਹੀ ਆ, ਉਹ ਮੌਕੇ 'ਤੇ ਵੀ ਆ ਦੇਖ ਸਕਦਾ ਕਿ ਇਹਦਾ ਝਾੜ ਕਿੰਨਾ, ਅਤੇ ਜਿਹੜੀ ਅਸੀਂ ਵਹਾਈ ਕਰਕੇ ਬੀਜਦੇ ਹਾਂ ਇੰਨਾ। ਮੈਂ ਫਿਰ ਕਹਿੰਦਾ ਕਿ ਘੱਟ ਤੋਂ ਘੱਟ ਜੇ ਉਹ 20 ਆ ਤਾਂ 21-22 ਆਊ, ਜੇ ਉਹ 22-24 ਹੈ 25 ਆਊ, ਉਹਦੇ ਨਾਲ ਜ਼ਰੂਰ ਫਰਕ ਹੋਊਗਾ ਜੇ ਅਸੀਂ ਉਹਨੂੰ ਸਹੀ ਢੰਗ ਨਾਲ ਬਜਾਏ ਕਰ ਲਈਏ ਅਤੇ ਸਹੀ ਢੰਗ ਨਾਲ ਉਹਨੂੰ ਫੋਲੋ ਕਰੀਏ। ਇੰਨਾ ਮੈਂ ਕਹਿੰਦਾ ਹੋਇਆ।